ਮਲਾਈ ਨੇ ਇਹਨਾਂ ਜੋ ਤਾਂ ਫਰਕ ਨਹੀਂ ਪਾਉਂਦਾ, ਲੇਕਿਨ ਜਿਹੜੇ ਜੇ ਧਰਮਸ਼ਾਲਾ ਦੇ ਲੋਕ ਹਨ, ਜਿਹੜੇ ਜੇ ਇਸ ਏਰੀਏ ਦੇ ਲੋਕ ਹਨ, ਅਤੇ ਇਹਨਾਂ ਦੇ ਵਿਕਾਸ ਕਰਨ, ਅਤੇ ਇਹਨਾਂ ਦੀ ਜਿਹੜੀ ਸਿੱਖਿਆ ਸੰਬੰਧੀ ਜਿਹੜੀ ਰਿਕੁਆਇਰਮੈਂਟ ਹੈ, ਤੀਸਰਾ ਚ ਬੜਾ ਫਰਕ ਪਾਉਂਦਾ। ਕਾਰਨ ਏਰੀਏ ਦੇ ਜਿਹੜੇ ਲੋਕ ਹਨ, ਸਹਿ ਹੁਣ ਸੋਚਿਆ ਦੇ ਕਿ ਇਸ ਲੜਾਈ ਜੋ ਲੜਨਾ ਹੈ, ਕਾਰਨ ਸਹੀ ਲੜਾ ਦੇ। ਹੁਣ ਨੇਤਿਆਂ ਜੋ ਨਹੀਂ ਕੋਈ ਵੀ ਪੁੱਛਾ ਦਾ, ਕੰਨਾ ਪਾਰਟੀਆਂ ਉਹ ਕੋਈ ਪੁੱਛਾ ਦਾ। ਨੇਤੇ ਤਾਂ ਸਹੀ ਹਿਮਾਚਲ ਦੇ ਬਣਾਏ ਤੇ, ਹਾਂ ਕੇਂਦਰ ਦੇ ਬਣਾਏ ਤੇ, ਕਈ ਸੈਂਟਰ ਦੇ ਬਣਾਏ ਤੇ, ਵੱਡੇ ਵੱਡੇ ਅਹੁਦੇ ਦੇ ਤੇ। ਨਮਸਤੇ ਸਾਰੇ ਜੋ, ਤੁਸੀਂ ਦੇਖੀ ਚੰਬਾ ਐਕਸਪ੍ਰੈਸ, ਮੈਂ ਤੁਹਾਡੇ ਸੰਗਤ ਨਰੇਸ਼ ਠਾਕੁਰ। ਦੋਸਤੋ, ਅੱਜ ਤੋਂ ਅੱਗੇ ਹਾਂ ਉਹਨਾਂ ਸਿਰਾ ਮਿਲਾਉਣਾ ਜਿਹਨਾਂ ਪੂਰੀ ਉਮਰ ਧਰਨੇ ਦਿੱਤੇ। ਬੜਕਾ ਜੀ, ਇਹ ਕਿੰਨੇ ਧਰਨੇ ਮਿਲੀ ਹੋ, ਮਤਲਬ ਕਿਆ ਪਤਾ ਨੇ, ਪ੍ਰੇਰਣਾ ਮਿਲਦੀ ਹੈ ਕਿ ਹਾਂ ਮੁੱਦੇ ਚੱਕਣੇ? ਨਹੀਂ, ਦੇਖੋ ਮੁੱਦੇ ਚੱਕਣੇ, ਸਮਾਜ 'ਚ ਪੜ੍ਹੇ ਲਿਖੇ ਲੋਕ ਜਿਹੜੇ ਜੇ ਨਾ, ਸਹੀ ਇਹਨਾਂ ਚੀਜ਼ਾਂ ਉੱਪਰ ਕੰਮ ਕਰੀ ਸਕਦੇ, ਠੀਕ ਹੈ ਨਾ। ਕਹਿੰਦੇ ਸਿਰਫ ਮੁੱਦੇ ਚੁੱਕਣਾ ਹੀ ਉਦੇਸ਼ ਨਹੀਂ ਹੁੰਦਾ, ਮੁੱਦੇ ਜਿਹੜੇ ਜਿਹਨ ਸੇ ਹੱਲ ਵੀ ਹੋਣਾ ਚਾਹੀਦੇ, ਕਹਿੰਦੇ ਜਨਤਾ ਜੋ ਜਿਹੜੀ ਹੈ ਸਰ ਰਾਹਤ ਵੀ ਮਿਲਣਾ ਚਾਹੀਦੀ। ਕਹਿੰਦੇ ਅੱਜ ਦਿਨ ਤੀਕਰ ਆਹਾਂ ਐਸੇ ਹੀ ਮੁੱਦੇ ਚੁੱਕੇ ਜਿਹੜੇ ਜੇ ਸਾਰੇ ਸਮਾਜ ਕੰਨੇ ਜੁੜੇ ਹੋਣ, ਕਹਿੰਦੇ ਤਿੰਨਾਂ ਦਾ ਜਿਹੜਾ ਜੇ ਲਾਭ ਜੋ ਹੈ ਆਮ ਵਿਅਕਤੀ ਦੇ ਲਈ ਨੇ, ਖਾਸ ਵਿਅਕਤੀ ਸਾਰਿਆਂ ਜੋ ਹੋਵੇ, ਤਾਂ ਐਸੇ ਮੁੱਦਿਆਂ ਪਰ ਜਿਹੜਾ ਜੇ ਹੈ ਆਹਾਂ ਪ੍ਰਯਾਸ ਕਰਦੇ ਕਿ ਸਰਕਾਰ ਜਿਹੜੀ ਹੈ ਤਵਰਿਤ ਕਾਰਵਾਈ ਕਰੇ, ਕਹਿੰਦੇ ਜਲਦੀ ਕਾਰਵਾਈ ਕਰੇ, ਕਹਿੰਦੇ ਤਿੰਨਾਂ ਮੁੱਦਿਆਂ 'ਚੋਂ ਆਹਾਂ ਹੱਲ ਵੀ ਕਰਾਂਗੇ। ਪਰ ਕਈ ਤੂੰ ਅੱਜ ਕੱਲ੍ਹ ਇਹ ਚੱਲੇ ਕਿ ਸਰਕਾਰ ਹੀ ਬੋਲਿਆ ਐਡਮਿਟ ਹੋਈਏ, ਸਹਿ ਕਿਆ ਗੱਲ ਹੈ? ਸਹਿ ਬੜਾ ਵਧੀਆ ਭਿੰਕਰ ਕੰਮ ਚੱਲਿਆ। ਸਹਿ ਕਿਹਾ ਕਿ ਸਰਕਾਰ ਜਿਹੜੀ ਹੈ 14-15 ਸਾਲਾਂ 'ਤੇ BJP ਕਰਨ ਕਾਂਗਰਸ ਦੀ ਸਰਕਾਰਾਂ ਰਹੀਆਂ, ਕਹਿੰਦੇ ਸਹਿ ਸਰਕਾਰਾਂ ਕਿਆ ਕੀਤਾ ਕਿ ਸੈਂਟਰਲ ਯੂਨੀਵਰਸਿਟੀ ਦਾ ਇੱਕ ਮਜ਼ਾਕ ਬਣਾਈ ਨੇ ਰੱਖੀ ਤੀਆ ਨੇਤਿਆਂ, ਖਾਸ ਕਰੀ ਕਾਂਗੜਾ ਚੰਬਾ ਦੇ ਜਿਹੜੇ ਨੇਤੇ ਹਨ, ਜਿਹਨਾਂ ਜੋ ਆਹਾਂ ਜਿਤਾਈ ਨੇ ਭੇਜਿਆ ਦੇ, ਕਹਿੰਦੇ ਤਿੰਨਾਂ ਜੋ ਬੋਲਾ ਦੇ ਕਿ ਤੂੰ ਆਹ ਹੜਿਆ ਕੇ ਦੀ ਲੜਾਈ ਲੜਾ, ਸੱਚ ਤੂੰ ਜਾਏ ਨੇ ਸਾਰੇ ਪਿੱਛੇ ਲੱਗੂ ਬਣੀ ਜਾਂਦੇ, ਕਹਿੰਦੇ ਇਸਦਾ ਨੁਕਸਾਨ ਜਿਹੜਾ ਸੀ ਆਮ ਜਨਤਾ 'ਚ ਹੋਣਾ ਪਾਉਂਦਾ। ਤਾਂ ਫਿਰ ਪਿੱਛੇ ਦੇਈਏ ਕਿਆ ਹੋਇਆ ਕਿ ਸਰਕਾਰ 'ਤੇ ਨਿਵੇਦਨ ਕੀਤਾ ਕਿ ਬਾਈ 30 ਕਰੋੜ ਰੁਪਈਏ ਜਿਹੜਾ ਸੈਂਟਰਲ ਯੂਨੀਵਰਸਿਟੀ ਦਾ ਧਰਮਸ਼ਾਲਾ ਜਮ੍ਹਾਂ ਕਰਾਉਣਾ ਹੈ ਧਰਮਸ਼ਾਲਾ ਤਾਂ ਹੀ, ਤਾਂ ਸਰ ਜਮ੍ਹਾਂ ਕਰਾਈ ਦਿਆ। ਤਾਂ ਸਰ ਸਰਕਾਰ ਕੁਛ ਹੀ ਆਨਾ ਕਾਨੀ ਕਰਾ ਦੀ ਹੀ, ਤਾਂ ਇੱਥੋਂ ਦੀ ਬੈਠੇ ਲੋਕ ਜਿਹੜੇ ਥੇ ਫਿਰ ਧਿਆਨੇ 'ਚ ਆਇਆ ਵੀ ਸਰਕਾਰ ਦੀ ਸਥਿਤੀ ਜਿਹੜੀ ਹੈ ਸਰ ਠੀਕ ਨਹੀਂ ਹੈ। ਸਰ ਆਪਣੇ ਪਾਰਟੀ ਦੇ ਕਾਰਿਆਕਰਤਾਵਾਂ 'ਚੋਂ ਨਹੀਂ ਪੁੱਛਾ ਦੀ, ਵਿਧਾਇਕਾਂ 'ਚੋਂ ਨਹੀਂ ਪੁੱਛਾ ਦੀ, ਪੈਨਸ਼ਨਰ ਜਿਹੜੇ ਜਨਤੀ ਨਾ 'ਚੋਂ ਨਹੀਂ ਪੁੱਛਾ ਦੀ, ਆਮ ਜਨਤਾ 'ਚੋਂ ਨਹੀਂ ਪੁੱਛਾ ਦੀ, ਤਾਂ ਇਹ ਸਰਕਾਰ ਜਿਹੜੀ ਹੈ ਤਾਂ ਇਹ ਸਰਕਾਰ ਬਿਮਾਰ ਲੱਗਾ ਦੀ। ਤਾਂ ਚਲੋ ਜੇ ਆਹਾਂ ਸਰਕਾਰ ਦੇ ਚੈੱਕਅਪ ਕੀਤਾ ਤਾਂ ਬਾਕੀ ਸਰਕਾਰ ਜਿਹੜੀ ਸਭ ਬਿਮਾਰ ਨਿਕਲੀ, ਕਹਿੰਦੇ ਤੀਸਾ ਜੋ ਫਿਰ ਆਹਾਂ ICU 'ਚ ਐਡਮਿਟ ਕਰਾਈ ਆਏ ਹੋਏ ਨਾ, ਕਹਿੰਦੇ ਸਰਕਾਰ ਜਿਹੜੀ ਹੈ ਹਾਲਤ ਜਿਹੜੀ ਹੈ ਸਰ ਬੜੀ ਚਿੰਤਾਜਨਕ ਬਣੀ ਹੋਏ, ਕਹਿੰਦੇ ਦਿਖਦੇ ਨੇ ਆਉਣ ਵਾਲੇ ਸਮੇਂ 'ਚ ਸਰਕਾਰ ਜਿਹੜੀ ਹੈ ਕੱਲ੍ਹ ਜਿਹੜਾ ਅਜੇ ਹੈ ਐਕਸਪਰਟ ਜਿਹੜਾ ਪੈਨਲ ਐਸਾ ਬੈਠਣਾ, ਤਾਂ ਤਿੰਨਾਂ ਹੁਣ ਦੱਸਣਾ ਵੀ ਸਰਕਾਰ ਕਿਆ ਹੈ ਹੁਣ, ਸਰਕਾਰ ਠੀਕ ਹੋ ਸਕਦੀ ਹੈ ਕਿ ਸਰਕਾਰ ਜਾਂਦੀ ਰਹੀ ਕਿਆ ਹੈ ਹੁਣ, ਸਹਿ ਕੱਲ੍ਹ ਪਤਾ ਲੱਗਣਾ। ਬਟ ਕੋਈ ਸੈਂਟਰ ਜਾਂ ਸਟੇਟ ਗੱਲ ਕੀਤੀ ਕਿ BJP ਰਹੀ, ਉਸੇ ਵੀ ਤਿੰਨੇ ਸਿਰੇ ਨਹੀਂ ਚਲਾ ਸਕੇ, ਕਿਆ ਗੱਲ ਹੋਈ? ਦੇਖਾ ਉਮੀਦਾਂ ਤਾਂ ਹਨ ਜੋ ਸਾਰੀਆਂ ਨੇਤਿਆਂ ਦਿੱਤੀਆਂ, ਉਮੀਦਾਂ ਹਨ ਜੋ ਸਾਰੀਆਂ ਪਾਰਟੀਆਂ ਦਿੱਤੀਆਂ, BJP ਦੀ ਪਾਰਟੀ 'ਤੇ ਵੀ ਉਮੀਦ ਸੀ, ਕਾਂਗਰਸ ਦੀ ਪਾਰਟੀ 'ਤੇ ਵੀ ਉਮੀਦ ਸੀ, ਲੇਕਿਨ ਐਸੇ ਨੇਤਾ ਵੀ ਨਿਕਲੇ ਕਿ ਜਿਹਨਾਂ ਕੇਵਲ ਤਿੰਨਾਂ ਦਾ ਉਦੇਸ਼ ਥਾ ਕਿ ਭਈਆ ਆਹਾਂ ਆਪਣੇ ਇਲਾਕੇ ਦਾ ਵਿਕਾਸ ਕਰਨਾ। ਨੇਤੇ ਤਾਂ ਸਹੀ ਹਿਮਾਚਲ ਦੇ ਬਣਾਏ ਤੇ, ਹਾਂ ਕੇਂਦਰ ਦੇ ਬਣਾਏ ਤੇ, ਕਈ ਸੈਂਟਰ ਦੇ ਬਣਾਏ ਤੇ, ਵੱਡੇ ਵੱਡੇ ਅਹੁਦੇ ਦੇ ਤੇ, ਪਰ ਤਿੰਨਾਂ ਦੀ ਜਿਹੜੀ ਸੋਚ ਕਹਿੰਦੇ ਜਿਹੜੀ ਮਾਨਸਿਕਤਾ ਉਸ ਬੜੀ ਸੰਕੀਰਣ ਰਹੀ, ਕਹਿੰਦੀ ਸੰਕੀਰਣ ਮਾਨਸਿਕਤਾ ਦੇ ਚਲਦੇ ਚਲਦੇ ਜਿਹੜਾ ਜੇ ਹੈ ਜਿਹੜਾ ਜੇ ਪ੍ਰਦੇਸ਼ ਦੀ ਜਨਤਾ ਜੋ ਹੈ ਸਹਿਬ ਬੜਾ ਕੁਛ ਝੇਲਣਾ ਪਊਦਾ। ਤਾਂ ਹਾਂ ਇਹ ਹੀ ਸਮਝਾ ਦੇ ਕਿ ਇਹ BJP ਕਹਿੰਦੇ ਕਾਂਗਰਸ ਤਾਂ ਹੀ ਤਾਂ ਪਾਰਟੀਆਂ ਤਾਂ ਹੀ ਤਾਂ ਕੋਈ ਸੈਂਟਰ ਯੂਨੀਵਰਸਿਟੀ ਕੋਈ ਮੁੱਦਾ ਹੀ ਨਹੀਂ ਹੈ, ਕਿਉਂਕਿ ਇੱਕ ਹੋਊਂਗੀ ਤੀਸੇ ਉਹ ਵੀ ਕੋਈ ਫਰਕ ਨਹੀਂ ਪਾਉਂਦਾ, ਦੂਜੇ ਉਹ ਪਾਰਟੀਆਂ 'ਚ ਵੀ ਕੋਈ ਫਰਕ ਨਹੀਂ ਪਾਉਂਦਾ, ਵਿਸ਼ਵਸਨੀਯਤਾ ਇਹਨਾਂ ਦੀ ਬਚੀ ਨਹੀਂ ਹੈ ਪਾਰਟੀਆਂ ਦੀ, ਲੋਕਾਂ ਦੇ ਵਿੱਚ ਇਹਨਾਂ ਦੇ ਪ੍ਰਤੀ ਕੋਈ ਸਹਾਨੁਭੂਤੀ ਨਹੀਂ ਹੈ, ਨਾ ਸੰਵੇਦਨਸ਼ੀਲਤਾ ਹੈ। ਕਹਿੰਦੇ ਐਸੇ ਨੇਤਾ ਵੀ ਆਪਣਾ ਵਿਸ਼ਵਾਸ ਜਿਹੜੇ ਜਿਨਸ ਹੈ ਧਰਾਤਲ ਪਰ ਖੋਹ ਚੁੱਕੇ ਹਨ,
ਤਾਂ ਕੁੱਲ ਮਿਲਾਏ ਨੇ ਇਹਨਾਂ 'ਚੋਂ ਤਾਂ ਫਰਕ ਨਹੀਂ ਪਾਉਂਦਾ, ਲੇਕਿਨ ਜਿਹੜੇ ਜੇ ਧਰਮਸ਼ਾਲਾ ਦੇ ਲੋਕ ਹਨ, ਜਿਹੜੇ ਜੇ ਇਸ ਏਰੀਏ ਦੇ ਲੋਕ ਹਨ, ਇਹਨਾਂ ਦੇ ਵਿਕਾਸ ਕਰਨ, ਇਹਨਾਂ ਦੀ ਜਿਹੜੀ ਸਿੱਖਿਆ ਸੰਬੰਧੀ ਜਿਹੜੀ ਰਿਕੁਆਇਰਮੈਂਟ ਹੈ, ਤੀਸਰਾ 'ਚ ਬੜਾ ਫਰਕ ਪਾਉਂਦਾ ਕਹਿੰਦੇ ਇਸ ਨੇ। ਅਗਰ ਤੁਸੀਂ ਉਹ ਫਰਕ ਪਾਉਣਾ ਤਾਂ ਕੇਵਲ ਕਹਿੰਦੇ ਕੇਵਲ ਜਿਹੜੇ ਇੱਥੋਂ ਦੇ ਜਿਹੜੇ ਖੇਤਰ ਹਨ, ਪਾਲਮਪੁਰ, ਕਾਂਗੜਾ, ਸ਼ਾਹਪੁਰ, ਅਗਰੋਟਾ, ਇਹ ਜਿਹੜੇ ਜੇ ਏਰੀਏ ਹਨ, ਇਹਨਾਂ ਏਰੀਆ ਜੋ ਜਿਹੜਾ ਜੇ ਇਸ 'ਚ ਪ੍ਰਭਾਵਿਤ ਹੋਣਾ, ਕਹਿੰਦੇ ਸਹਿ ਏਰੀਏ ਦੇ ਜਿਹੜੇ ਲੋਕ ਹਨ, ਸਹਿ ਹੁਣ ਸੋਚਾ ਦੇ ਕਿ ਇਸਾ ਲੜਾਈ ਜੋ ਲੜਨਾ ਹੈ, ਕਹਿੰਦੇ ਸਹੀ ਲੜਾ ਦੇ ਹੁਣ ਨੇਤਿਆਂ ਜੋ ਨਹੀਂ ਕੋਈ ਵੀ ਪੁੱਛਿਆ ਦਾ, ਕੰਨਾ ਪਾਰਟੀਆਂ ਕੋਈ ਪੁੱਛਿਆ ਦਾ। ਲੋਕਾਂ ਕਿ ਨਹੀਂ ਲੱਗਦਾ ਕਿ ਤੁਸੀਂ ਅਗਰ ਕਰੀਆ ਕੁਛ ਇਲੈਕਸ਼ਨ ਲੜਨ ਦੀ ਤਿਆਰੀ ਨਹੀਂ ਯਾਰ? ਭਾਈ ਇਲੈਕਸ਼ਨ ਤਾਂ ਹੋਣਾ ਹੀ ਹੈ ਨਾ, ਵੀ ਜਨਤਾ ਤਾਂ ਕੁਛ ਵੀ ਕਰੀ ਸਕਦੀ, ਜਨਤਾ ਜੇ ਅਗਰ ਇਹ ਨੇਤੇ ਨਹੀਂ ਸੁਧਰੇ ਤਾਂ ਜਨਤਾ ਤਾਂ ਕੁਛ ਵੀ ਇਲੈਕਸ਼ਨ ਲੜਾਈ ਦੇਣੇ ਹੈ ਨਾ, ਤਾਂ ਸਾਡਾ ਤਾਂ ਕੋਈ ਐਸਾ ਵਿਚਾਰ ਨਹੀਂ ਹੈ। ਪਰ ਅਗਰ ਇਹਨਾਂ ਨੇਤਿਆਂ ਆਪਣੀ ਕਾਰਯ ਪੱਧਤੀ ਨਹੀਂ ਬਦਲੀ, ਕਹਿੰਦੇ ਨਾ ਪਾਰਟੀਆਂ ਜਿਹੜਾ ਜੇ ਆਪਣਾ ਜਿਹੜਾ ਜੇ ਵਿਵਹਾਰ ਨਹੀਂ ਬਦਲਿਆ, ਤਾਂ ਫਿਰ ਐਸੇ ਕਈ ਲੋਕ ਮੇਰੇ ਧਿਆਨ ਕਿਹਾ ਵੀ ਐਸੇ ਸੈਂਕੜੋ ਲੋਕ ਹਨ ਸਮਾਜ ਦੇ ਅੰਦਰ ਜਿਹੜੇ ਕੁਛ ਵੀ ਕਰੀ ਸਕਦੇ, ਤਾਂ ਫਿਰ ਜਨਤਾ ਨੇ ਫਿਰ ਐਸੇ ਜਿਹੜੇ ਜੇ ਵਿਸ਼ਵਸਨੀਏ ਲੋਕ ਹੋਣੇ ਨਾ, ਇਹਨਾਂ ਜੋ ਫਿਰ ਅੱਗੇ ਤਾਂ ਲੈਣਾ ਪਾਉਣਾ ਹੈ, ਇਹ ਤਾਂ ਸਾਡੀ ਮਜਬੂਰੀ ਬਣੀ ਹੀ ਹੁਣ ਇਹ ਹੈ। ਅਗਰ ਤੁਹਾਡੀ ਸਮਾਜਿਕ ਸਮਾਜ 'ਚ ਤੁਹਾਡੀ ਰੁਚੀ ਹੈ, ਪਰ ਇਸ ਚੀਜ਼ 'ਚ ਕੁਛ ਨਾ ਕੁਛ ਇੱਕ ਪਰਿਵਾਰ ਦਾ ਖਿਆਲ ਹੁੰਦਾ ਹੈ, ਤੁਸੀਂ ਉਲਾਮੇ ਹੁੰਦੇ ਯਾਰ, ਕਿਆ ਪੰਗੇ ਲਈ ਕਮਾਉਂਦਾ ਰਹਿੰਦਾ ਪੂਰੇ ਦਿਨ? ਨਹੀਂ ਸਹਿ, ਉਲਾਮੇ ਤਾਂ ਹੁੰਦੇ ਭਾਈ, ਸਹਿਣ ਵੀ ਕਰਨਾ ਪਾਉਂਦੇ, ਪਰ ਇਹਨਾਂ ਜੋ ਇਹ ਵੀ ਪਤਾ ਹੁੰਦਾ ਕਿ ਬਈ ਕੋਈ ਗਲਤ ਕੰਮ ਨਹੀਂ ਕਰਾ ਦੇ, ਕੋਈ ਭੰਗ ਚਰਸ ਨਹੀਂ ਵੇਚਾ ਦੇ, ਹੈ ਨਾ, ਕੋਈ ਲੋਕਾਂ ਜੋ ਕੋਈ ਗਾਲੀ ਗਲੋਚ ਨਹੀਂ ਕਰਾ ਦੇ, ਇੱਕ ਸਮਾਜ ਤਾਂ ਹੀ ਕਹਿੰਦੇ ਆਪਣੇ ਆਉਣ ਵਾਲੀ ਪੀੜ੍ਹੀਆਂ ਤਾਂ ਹੀ ਲੜਾ ਦੇ, ਤਾਂ ਇਸ 'ਚ ਜਿਹੜਾ ਪਰਿਵਾਰ ਦਾ ਸਹਿਯੋਗ ਮਿਲਦਾ, ਕਹਿੰਦੇ ਪਰਿਵਾਰ ਦਾ ਜਿਹੜਾ ਯੋਗਦਾਨ ਹੈ ਸਹਿ ਵੀ ਰਹਿੰਦਾ, ਤਾਂ ਸਹਿ ਸਹਿਯੋਗ ਜਿਹੜਾ ਜੇ ਮੇਰੇ ਪਰਿਵਾਰ ਦੀ ਤਰਫ 'ਤੇ ਮੈਨੂੰ ਹਮੇਸ਼ਾ ਮਿਲਦਾ ਆਇਆ ਹੈ। ਕਹਿੰਦੇ ਮੈਂ ਬੜੇ ਮਤਲਬ ਗਰਵ ਨੇ ਇਹ ਚੀਜ਼ ਬੋਲੀ ਸਕਦਾ ਕਿ ਮੇਰੇ ਪਰਿਵਾਰ ਦੀ ਤਰਫ 'ਤੇ ਕਦੀ ਵੀ ਮੈਨੂੰ ਜਿਹੜਾ ਜੇ ਹੈ ਇਸ ਪ੍ਰਕਾਰ ਦਾ ਕਦੀ ਵੀ ਕੋਈ ਉਲਾਨਾ ਜਾਂ ਕਦੀ ਵੀ ਇਸ ਪ੍ਰਕਾਰ ਦੀ ਕੋਈ ਗੱਲ ਜਿਹੜੀ ਹੈ ਮੈਨੂੰ ਕਦੀ ਸੁਣਨ ਨਹੀਂ ਮਿਲੀ, ਕਹਿੰਦੇ ਹਮੇਸ਼ਾ ਮੇਰਾ ਜਿਹੜਾ ਜੇ ਹੈ ਸਹਿ ਸਹਿਯੋਗ ਹੀ ਹੋਇਆ। ਗੱਲ ਇਹ ਹੈ ਤੁਹਾਨੂੰ ਖੇਡਾਂ ਦਿੰਦੇ, ਕਦੀ ਦਿੱਲੀ ਜਾ ਰਹਿੰਦੇ, ਕਦੀ ਸ਼ਿਮਲੇ ਜਾ ਰਹਿੰਦੇ, ਕਦੀ ਹਰਜੋਦਾ, ਇਹ ਪਾਵਰ ਹੁੰਦੀ ਕਿਦਾਂ ਦਾ? ਠੀਕ ਹੈ, ਹੁਣ ਖੇਡਾਂ ਤਾਂ ਲਾਉਣਾ ਪਾਉਣੀ ਆ। ਹੁਣ ਚੀਫ ਸੈਕਟਰੀ ਹਿਮਾਚਲ ਪ੍ਰਦੇਸ਼ ਨੇ ਬੋਲਿਆ ਕਿ ਭਈਆ ਪੈਸੇ ਤਾਂ ਹਾਂ ਵਿੱਤ ਸਚਿਵ ਵੱਲ ਹੀ ਭੇਜੀ ਤਿਆ, ਉਈਂ ਤਾਂ ਚੀਫ ਸੈਕਟਰੀ ਜਿਹੜਾ ਹੁੰਦਾ ਸਰ ਸੁਪਰੀਮ ਹੁੰਦਾ, ਚੀਫ ਸੈਕਟਰੀ ਤੁਸੀਂ ਪੁੱਛ ਹੀ ਵੀ ਸਕਦਾ ਹੈ ਨਾ, ਤਾਂ ਚੀਫ ਸੈਕਟਰੀ ਅਗਰ ਨਹੀਂ ਪੁੱਛਗਾ ਤਾਂ ਫਿਰ ਸ਼ਿਮਲੇ ਤਾਂ ਹੰਝੂ ਜਾਏ ਨੇ ਪੁੱਛਣਾ ਪਾਉਣਾ ਨਾ ਕਿ ਜਨਾਬ ਵੀ ਜਿਹੜੀ ਫਾਈਲ 14 ਸਾਲ 'ਤੇ ਤੁਹਾਡੇ ਟੇਬਲ ਪਰ ਪਈ ਹੋਇਆ ਸਰ ਕਹਿ ਰੁਕੀ ਹੋ, ਤਾਂ ਸਰ ਤਾਂ ਤੁਸੀਂ ਪੁੱਛਣਾ ਪਾਉਣਾ ਨਾ, ਤਾਂ ਤਿਸ ਤਾਂ ਤਾਂ ਸ਼ਿਮਲੇ ਜਾਣਾ ਪਾਉਣਾ। ਤੀਆਂ ਹੀ ਚਲੋ ਜੇ ਅਗਰ ਹੰਝੂ ਕੋਈ ਕੇਸ NGT 'ਚ ਫਾਈਲ ਕਰਨਾ ਹੋਊਗਾ ਜਾਂ ਕੋਈ ਹੋਰ ਚੀਜ਼ਾਂ ਕਰਨੀਆਂ ਹੋਊਗੀਆਂ ਜਾਂ ਦਿੱਲੀ 'ਚ ਪ੍ਰਧਾਨ ਮੰਤਰੀ ਵੱਲ ਅਗਰ ਆਹਾਂ ਕੋਈ ਗੱਲ ਆਪਣੀ ਪਹੁੰਚਾਉਣੀ ਹੈ ਜਾਂ ਕਿਸੇ ਹੋਰ ਸੀ ਵੱਲ ਆਹਾਂ ਗੱਲ ਦੱਸਣੀ ਆਪਣੀ ਆਪਣਾ ਦੁੱਖੜਾ ਸੁਣਾਉਣਾ ਹੈ, ਤਾਂ ਤਿਸ ਤਾਂ ਤਾਂ ਦਿੱਲੀ ਵੀ ਜਾਣਾ ਪਾਉਣਾ, ਕਹਿੰਦੇ ਸ਼ਿਮਲੇ ਵੀ ਜਾਣਾ ਪਾਉਣਾ, ਤਿਸ ਤਾਂ ਫਿਰ ਜਿਹੜਾ ਜੀਆਂ ਜੀਆਂ ਯੋਜਨਾ ਬਣਦੀ ਤੀਆਂ ਤੀਆਂ ਆ ਜਾਂਦੇ। ਇੱਥੇ ਸਾਡੇ ਕਹਿੰਦੇ ਅਤੁਲ ਭਾਰਦਵਾਜ ਤਿੰਨਾਂ ਬੋਲਿਆ ਕਿ ਸਾਡੀ ਮੰਗ ਕਰ ਲਿਆ ਨਾ, ਮੈਂ ਬੋਲੇ ਵਿਹਲੇ ਬੋਣੇ ਤੁਹਾਨੂੰ ਵਿਹਲੇ ਬੋੜੇ ਦੇਣਾ ਸਾਡੇ ਵਾਸਤੇ ਵਾਸਤੇ ਧੰਨਵਾਦ, ਬਹੁਤ ਬਹੁਤ ਧੰਨਵਾਦ। ਕੁੱਲ ਮਿਲਾਏ ਨੇ ਇਹਨਾਂ ਜੋ